ਕਾਰਨ ਬੀਜੇਪੀ ਦਾ ਹੀ ਹੈ ਜੀ ਜ਼ਿਆਦਾ ਸਾਰਾ ਕੁਛ। ਇਹ ਮੰਡੀਆਂ ਦਾ ਕਰਤਾ ਜੀ, ਰਹਿੰਦਾ ਖੂੰਹਦਾ ਜ਼ਿਮੀਂਦਾਰ, ਜ਼ਮੀਂ ਮਾਰਤਾ ਇਹਨਾਂ ਨੇ ਤਾਂ। ਹਾਂ, ਜਿੱਥੇ ਵੀ ਇਹਨਾਂ ਦੀ ਮਗਰ ਗੱਡੀ ਜਾਊਗੀ ਜਿਵੇਂ ਉੱਥੇ ਮਗਰ ਮਗਰ ਜਾਵਾਂਗੇ ਅਸੀਂ। ਜਿਹੜੇ 3 ਕਾਨੂੰਨ ਇੰਨੇ ਪ੍ਰੋਮਿਸ ਕਰਕੇ ਮੋਦੀ ਜੀ ਨੇ ਸਾਰਿਆਂ ਨੂੰ ਇੰਪਲੀਮੈਂਟ ਕਰਨ ਲਈ ਕਿਹਾ ਸੀ ਵੀ ਅਸੀਂ ਵਾਪਸ ਲਵਾਂਗੇ, ਉਹ ਜਿਵੇਂ ਕਹਿੰਦੇ ਹੁੰਦੇ ਨੇ ਮਰੀ ਮੁੱਕਰੀ ਦਾ ਕੋਈ ਇਲਾਜ ਨਹੀਂ, ਮਰੇ ਮੁੱਕਰੇ ਵਾਲਾ ਕੰਮ ਹੋ ਗਿਆ, ਉਹ ਹੁਣ ਉਹੀ ਕਾਨੂੰਨਾਂ ਨੂੰ ਇੱਕ ਤਰੀਕੇ ਨਾਲ ਦੂਜੇ ਰਾਹੀਂ ਇੰਪਲੀਮੈਂਟ ਕਰਿਆ ਜਾ ਰਿਹਾ, ਜਿਹੜਾ ਗਲਤ ਹੈ। ਵੀ ਇਹਨਾਂ ਨੂੰ ਜਿਹੜੀਆਂ ਮੰਡੀਆਂ ਨੇ, ਮੰਡੀਆਂ ਨੂੰ ਅਤੇ ਫੂਡ ਗ੍ਰੇਨਸ ਨੂੰ ਕਾਰਪੋਰੇਟ ਦੇ ਥੱਲੇ ਇੱਕ ਜਿਹੜੀ ਬਲੈਕ ਮਾਰਕੀਟਿੰਗ 'ਤੇ ਰੋਕ ਲੱਗੀ ਹੋਈ ਸੀ ਵੀ ਜਿਹੜੀ ਅਨਾਜ ਦੀ ਭੰਡਾਰ ਵੱਧ ਕੋਈ ਸਟੋਰ ਨਹੀਂ ਕਰ ਸਕਦਾ ਤਾਂ ਕਿ ਕੋਈ ਬਲੈਕ ਮਾਰਕੀਟਿੰਗ ਨਾ ਕਰ ਸਕੇ, ਪਰ ਇਹਨਾਂ ਨੇ ਉਹ ਸਾਰੀ ਲੁੱਟ ਇੱਕ ਤਰੀਕੇ ਨਾਲ ਕਾਨੂੰਨੀ ਕਰਤੀ ਵੀ ਜਿਹੜਾ ਕਾਨੂੰਨ ਦੇ ਰਾਹੀਂ ਲੋਕਾਂ ਨੂੰ ਲੁਟਾਉਣਾ, ਫਾਰਮਰਸ ਨੂੰ ਲੁਟਾਉਣਾ, ਇਹ ਗੱਲ ਚੰਗੀ ਨਹੀਂ ਸੈਂਟਰ ਸਰਕਾਰ ਦੀ, ਅਤੇ ਉਹਨੂੰ ਸਹਿਯੋਗ ਕਰ ਰਹੀਆਂ ਨੇ ਜਿਹੜੀਆਂ ਪਾਰਟੀਆਂ ਜਾਂ ਸਰਕਾਰਾਂ। ਅਸੀਂ ਸਾਰਿਆਂ ਨੂੰ ਦੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ। ਜਿਹੜੇ ਹੁਣ ਆਉਣਗੇ ਇਲੈਕਸ਼ਨਾਂ 'ਚ ਸਾਡੇ ਕੋਲ, ਉਹਨਾਂ ਦੇ ਪਿੰਡਾਂ ਦੇ ਵਿੱਚ ਵੜਨ ਨੂੰ ਰੋਕਣ ਲਈ ਅਸੀਂ ਬੋਰਡ ਲਗਾ ਰਹੇ ਹਾਂ, ਅਤੇ ਜਿੱਥੇ ਜਿੱਥੇ ਸਾਡਾ ਸੰਗਠਨ ਹੈ ਅਸੀਂ ਉੱਥੇ ਉੱਥੇ ਉਹਨਾਂ ਨੂੰ ਬਾਈਕਾਟ ਕਰਾਂਗੇ। ਫੂਡ ਗ੍ਰੇਨ 'ਤੇ ਕਬਜ਼ਾ ਕਰਨ ਜਾ ਰਹੇ ਨੇ ਕਾਰਪੋਰੇਟ, ਜਿਹਦੇ ਕਰਕੇ ਵਰਲਡਵਾਈਡ ਸਾਰੇ ਕਿਤੇ ਹੀ ਐਜੀਟੇਸ਼ਨਸ ਚੱਲ ਰਹੀਆਂ ਨੇ, ਅਤੇ ਪੰਜਾਬ ਦੇ ਫਾਰਮਰਸ ਨੇ ਲੜਾਈ ਸਿਖਾਈ ਹੈ। ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਦੀ ਰਹਿਨਮਾਈ ਕਰੂਗਾ। ਜਿਹੜੇ ਵੀ ਕੋਈ ਬੀਜੇਪੀ ਦਾ ਹੋਰ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਸਮਰਥਨ ਦੇਣਗੀਆਂ, ਹੁਣ ਦੇਖੋ ਇਲੈਕਸ਼ਨ ਦਾ ਟਾਈਮ ਹੈ, ਜਿਹੜੀਆਂ ਪਾਰਟੀਆਂ ਆਪਦੀ ਨੀਤੀ ਕਲੀਅਰ ਨਹੀਂ ਕਰਦੀਆਂ ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਹੈ ਵੀ ਉਹ ਕਾਰਪੋਰੇਟ ਨਾਲ ਖੜਨਗੇ ਕਿ ਵੋਟਰ ਨਾਲ ਖੜਨਗੇ। ਉਹਦੇ ਮੁਤਾਬਕ ਅਸੀਂ ਜਿਹੜੀ ਜਿਹੜੀ ਪਾਰਟੀ ਸਾਡੇ ਹਿੱਤਾਂ ਲਈ ਖੜੂਗੀ ਅਸੀਂ ਉਹਦਾ ਸਮਰਥਨ ਕਰਾਂਗੇ, ਨਹੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਾਂਗੇ। ਸਾਡੇ ਲੈਵਲ 'ਤੇ ਅਸੀਂ ਪੂਰੀ ਐਜੀਟੇਸ਼ਨ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ। ਊਂ ਤਾਂ ਵਰਲਡ ਓਵਰ ਚੱਲ ਰਹੀਆਂ ਨੇ ਐਜੀਟੇਸ਼ਨਸ, ਇਹ ਗੱਲ ਦੇ ਪਿੱਛੇ ਪਿੱਛੇ ਬਿਆਨ ਵੀ ਲੱਗੇ ਨੇ, ਸਾਰਾ ਸੰਯੁਕਤ ਮੋਰਚਾ ਹੀ ਅਗੇਂਸਟ ਜਾਊਗਾ ਸਾਰੇ। ਇਹ ਬਹੁਤ ਵੱਡੇ ਲੈਵਲ 'ਤੇ ਵਿਰੋਧ ਹੋਣਾ, ਇਹ ਬੀਜੇਪੀ ਵਾਲਿਆਂ ਨੂੰ ਲੱਗਦਾ ਜਾਂ ਤਾਂ ਇਹਨਾਂ ਨੂੰ EVM ਮਸ਼ੀਨਾਂ 'ਤੇ ਹੀ ਭਰੋਸਾ ਇੰਨਾ ਵੀ ਚਾਹੇ ਸਾਰੀ ਜਨਤਾ ਨਾਰਾਜ਼ ਹੋ ਜੇ ਸਾਨੂੰ ਵੋਟਾਂ ਪੈ ਜਾਣੀਆਂ ਨੇ, ਵੀ ਨਹੀਂ ਜਿਵੇਂ ਨਾਰਾਜ਼ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਵੋਟਰ ਨੂੰ ਇੰਨੇ ਵੱਡੇ ਲੈਵਲ 'ਤੇ ਨਾਰਾਜ਼ ਕਰਨਾ। 400 ਯੂਨੀਅਨਾਂ ਨੇ SKM ਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਹੀ BJP ਦਾ ਬਾਈਕਆਊਟ ਕਰਨਗੀਆਂ। ਤੁਸੀਂ ਫਿਰ ਕਿਸੇ ਨੂੰ ਸਮਰਥਨ ਕਰੋਗੇ, ਵੋਟ ਤਾਂ ਤੁਸੀਂ ਪਾਓਗੇ? ਦੇਖੋ ਜੀ, ਅਸੀਂ ਕਿਸੇ ਨੂੰ ਵੋਟ ਕਾ ਪਾਉਣ ਲਈ ਨਹੀਂ ਕਹਿੰਦੇ, ਕਿਉਂਕਿ ਸਾਡੇ ਲਈ ਤਾਂ ਸਾਰੀਆਂ ਹੀ ਅਗੇਂਸਟ ਨੇ, ਹਰੇਕ ਕਾਰਪੋਰੇਟ ਲਈ, ਪੈਸੇ ਲਈ ਕੰਮ ਕਰਦੀਆਂ ਨੇ, ਵੋਟਰ ਲਈ ਅਤੇ ਆਮ ਜਿਹੜੀ ਪਬਲਿਕ ਆ ਉਹਦੇ ਹਿੱਤ 'ਚ ਕੋਈ ਨਹੀਂ ਕੰਮ ਕਰਦਾ। ਇਸ ਕਰਕੇ ਅਸੀਂ ਤਾਂ ਸਾਰਿਆਂ ਦਾ ਹੀ ਵਿਰੋਧ ਕਰਦੇ ਹਾਂ। ਬਾਕੀ ਸਾਡੀ ਯੂਨੀਅਨ ਦੇ ਜਿਹੜੇ ਵੀ ਸਾਡੇ ਮੈਂਬਰ ਨੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਸੋਚ ਸਮਝ ਕੇ ਵੋਟ ਪਾਓ, ਅਤੇ ਆਪਣੇ ਇਲਾਕੇ 'ਚ ਆਪਣੇ ਜਿਹੜੇ MLA ਨੇ MP ਦੀ ਇਲੈਕਸ਼ਨ 'ਚ ਖੜਨਗੇ ਉਹਨਾਂ ਨੂੰ ਇਸ ਗੱਲ ਬਾਰੇ ਕੁਐਸਚਨ ਕਰੋ ਵੀ ਤੁਹਾਡਾ ਸਟੈਂਡ ਕੀ ਹੋਊਗਾ ਜੇ ਜਿੱਤ ਕੇ ਜਾਓਗੇ, ਤੁਸੀਂ ਕਾਰਪੋਰੇਟ ਨਾਲ ਖੜੋਗੇ ਕਿ ਵੋਟਰ ਨਾਲ ਖੜੋਗੇ? ਜਿੱਥੇ ਕਾਰਪੋਰੇਟ ਦੇ ਸੈਲੂਜ ਬਣੇ ਹੋਏ ਨੇ ਕਿ ਅਸੀਂ ਪਿੰਡ ਪਿੰਡ ਜਾਵਾਂਗੇ, ਹਰ ਥਾਂ 'ਤੇ ਜਿੱਥੇ ਵੀ ਹੋਵੇ ਕਹਿੰਦਾ ਦਾ ਵਿਰੋਧ ਕਰਾਂਗੇ ਅਸੀਂ ਕਾਰਪੋਰੇਟ ਦੇ ਖਿਲਾਫ਼। ਹਾਂ, ਅਸੀਂ BJP ਦੇ ਜੋ ਵੀ MP ਖੜਨਗੇ ਜਿਹੜੀ ਉਹਨਾਂ ਦੀ ਕੋਈ ਮਦਦ ਕਰਨਾ ਸਾਡੇ ਤਾਂ ਬਾਈਕਾਟ ਕਰਾਂਗੇ। ਹਾਂਜੀ, ਬਾਕੀ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ। ਹਾਂਜੀ, ਕਿਸਾਨਾਂ ਦਾ ਨੁਕਸਾਨ ਆ, ਮੰਡੀਆਂ ਦਾ ਵੀ ਉਹ ਹੈ ਜੀ, ਜੋ ਲੇਬਰਾਂ ਦਾ ਨੁਕਸਾਨ ਹੈ, ਬਾਕੀ ਆੜ੍ਹਤੀਆਂ ਦਾ ਨੁਕਸਾਨ, ਸਾਰੇ ਹੀ ਆ ਜਾਂਦੇ ਨੇ ਜੀ, ਸਾਰਿਆਂ ਦਾ ਹੀ ਨੁਕਸਾਨ ਹੈ।
ਹਾਂ ਜੀ, ਉਸਨੂੰ ਅਸੀਂ ਫੁੱਲ ਵਿਰੋਧ ਕਰਾਂਗੇ, ਕਾਲੀਆਂ ਝੰਡੀਆਂ ਲਾਵਾਂਗੇ, ਚਾਹੇ ਮਹਾਰਾਣੀ ਪਰਨੀਤ ਕਿਉਂ ਨਹੀਂ ਹੋਈ ਜੀ, ਫੁੱਲ ਵਿਰੋਧ ਕਰਾਂਗੇ ਉਹਨਾਂ ਦਾ ਅਸੀਂ। ਪਹਿਲਾਂ ਉਹਨਾਂ ਦੇ ਨਾਲ ਤੇ ਪਹਿਲਾਂ ਉਹ ਇੱਧਰ ਵੋਟਾਂ ਉਹਨਾਂ ਨੂੰ ਪਿਛਲੀ ਗੱਲ ਪਾਈਆਂ ਹੀ ਨੇ ਜੀ, ਇਹ ਤਾਂ ਕੀ ਨਹੀਂ ਪਾਉਂਦੇ ਹੈਗੇ। ਕਾਰਨ ਕੀ ਆ, ਕਿਉਂ ਨਹੀਂ ਕਰਨਾ?